तेरी अखियां च नूर किन्ना सारा। सत श्री अकाल जी सारिआं नूं, मेरा नाम चांदनी है ते मैं जलंधर नूं बिलोंग करदी हाँ। सिंगिंग मेरा पैशन है, मैं पंजाबी च ज़्यादातर गाती हाँ, वैसे तो बाकी लैंग्वेजेस भी गाती हाँ, जिमें कि मराठी, तमिल, इंग्लिश, तो होर भी बहुत सारी लैंग्वेजेस गाना पसंद करती हाँ। मैं चाहती हाँ कि मैं अपने इंडिया नूं रिप्रजेंट करा, सारी लैंग्वेजेस गावा, तो वर्ल्ड लैवल पर परफॉर्म करा। मैनू लगे अल्लाह ने आवाज़ मारी। सत श्री अकाल जी, मैं रेनू शर्मा, चांदनी दी मदर। चांदनी दे पापा गाते सी, ते चांदनी भी उन्हां दे नाल ही बैठ जांदी सी, म्यूजिक दा रियाज़ करदी सी, ते इहनू होर ज़्यादा अगे मोटीवेट करते रहते सी, इहदियां गलतियां नू करैक्ट करते सी। कंपीटिशन च भी इहने कई पार्टीसिपेट किया, ते कई प्राइजेस भी जीत के लियाई। जदों भी कोई प्राइज़ जीत के लियांदी सी ते बहुत ज़्यादा खुश हुंदे सी। ਉਹ ਅੱਜ ਇਸ ਦੁਨੀਆਂ 'ਚ ਨਹੀਂ ਹੈ ਉਹਦੀ ਪਰਫੋਰਮੈਂਸ ਨੂੰ ਦੇਖਣ ਲਈ, ਪਰ ਮੈਨੂੰ ਯਕੀਨ ਹੈ ਕਿ ਉਹਨਾਂ ਦੀ ਰੂਹ ਬਹੁਤ ਖੁਸ਼ ਹੁੰਦੀ ਹੋਏਗੀ। ਮੈਨੂੰ ਪੂਰੀ ਉਮੀਦ ਹੈ ਕਿ ਕਿਤੇ ਨਾ ਕਿਤੇ ਉਹ ਅੱਜ ਵੀ ਚਾਂਦਨੀ ਨੂੰ ਦੇਖ ਰਹੇ ਹੋਣਗੇ, ਅਤੇ ਉਹਨਾਂ ਦਾ ਆਸ਼ੀਰਵਾਦ ਚਾਂਦਨੀ ਦੇ ਉੱਪਰ ਹੈ, ਅਤੇ ਚਾਂਦਨੀ ਜ਼ਰੂਰ ਇਸ ਵਾਇਸ ਆਫ ਪੰਜਾਬ ਦੀ ਵਿਨਰ ਬਣ ਕੇ ਆਏਗੀ। ਇੱਕ ਵਾਰੀ ਮੈਂ ਅਤੇ ਮੇਰੇ ਪਾਪਾ ਬੈਠੇ ਸੀ, ਉਹ ਮੈਨੂੰ ਇੱਕ ਵੀਡੀਓ ਦਿਖਾ ਰਹੇ ਸੀ, ਅਤੇ ਉਹ ਮੈਨੂੰ ਉਹ ਵੀਡੀਓ ਦਿਖਾਉਂਦੇ ਹੋਏ ਕਹਿੰਦੇ ਕਿ ਮੈਂ ਤੈਨੂੰ ਇੱਦਾਂ ਦੇਖਣਾ ਚਾਹੁੰਦਾ, ਇਸ ਆਰਟਿਸਟ ਦੀ ਤਰ੍ਹਾਂ ਪਰਫੋਰਮ ਕਰਦੇ ਹੋਏ ਕਿ ਤੂੰ ਪਰਫੋਰਮ ਕਰੇ, ਮੈਂ ਉਸ ਦਿਨ ਬਹੁਤ ਪ੍ਰਾਊਡ ਫੀਲ ਕਰਾਂਗਾ। ਉਹ ਇੱਦਾਂ ਕਹਿੰਦੇ ਸੀਗੇ, ਉਹ ਹਲੇ ਚਾਹੇ ਨਹੀਂ ਹੈ, ਪਰ ਮੈਂ ਉਹਨਾਂ ਦਾ ਇਹ ਵਾਲਾ ਸੁਪਨਾ ਜ਼ਰੂਰ ਪੂਰਾ ਕਰਾਂਗੀ ਕਿ ਮੈਂ ਬਹੁਤ ਸਾਰੀ ਆਡੀਅੰਸ ਦੇ ਸਾਹਮਣੇ ਜਾਊਂਗੀ, ਪਰਫੋਰਮ ਕਰੂੰਗੀ, ਤਾਂ ਉਹਨਾਂ ਦਾ ਦਿਲ ਜਿੱਤੂੰਗੀ ਅਤੇ ਪਾਪਾ ਦਾ ਵੀ ਦਿਲ ਜਿੱਤੂੰਗੀ। ਜੇ ਤੇਰਾ ਖਿਆਲ ਨਾ ਆਵੇ ਤਾਏ ਦੁਨੀਆ ਵੀ ਸੁਣੀਆ, ਨੀਂਦਾਂ ਵਿੱਚ ਵੀ ਤੇਰੀਆਂ, ਖਾਬਾਂ ਵਿੱਚ ਵੀ ਹੁੰਨੀਆਂ, ਫਿਦਾ ਸਜਣਾ ਸਦਾ ਸਜਣਾ, ਮੈਂ ਆਊਂਗੀ ਨਿਭਾਉਂਗੀ, ਮੈਂ ਜੋ ਇਕਰਾਰ ਕਰਦੀਆਂ ਵੀ ਤੂੰ ਤਾਂ ਸੋਚ ਵੀ ਨਹੀਂ ਸਕਦਾ ਕਿ ਕਿੰਨਾ ਪਿਆਰ ਕਰਦੀ ਆ, ਤੇਰੇ ਬਿਨਾਂ ਵੀ ਮਰਦੀ ਵੇ, ਤੇਰੇ ਤੇ ਵੀ ਮਰਦੀ ਆ। ਯਾਰ ਕੁਛ ਕੁਛ ਹਰਕਤਾਂ ਔਰ ਆਵਾਜ਼ ਇੰਨੀ ਮਿੱਠੀ ਲਾਈ ਹੈ, ਕੰਪਲੀਟ ਹਰਕਤ ਮੁਰਕੀ ਜਿਹੜੀ ਲਗਾਈ ਹੈ। ਅੱਛਾ, ਪਰ ਮੈਨੂੰ ਲੱਗਦਾ ਨਰਵਸ ਹੋਈ ਹੈ। ਹਾਂ, ਨਰਵਸਨੈਸ ਕਰਕੇ। ਹਾਂ, ਆਵਾਜ਼ ਇਹਦੀ ਸਹੀ ਹੈ, ਦੇ ਦੀ ਟਿਕਟ। ਮੈਂ ਅੱਜ ਫਰਸਟ ਡੇ ਹੈ ਤਾਂ ਥੋੜਾ ਨਰਵਸ। ਨਹੀਂ, ਅੱਗੇ ਜਾਣਾ, ਸਾਨੂੰ ਪਤਾ ਲੱਗ ਰਿਹਾ ਅੱਗੇ ਜਾਣ ਵਾਲੀ ਕੁੜੀ ਹੈ, ਮੁੜ ਕੇ ਆਪਾਂ ਲੈ ਕੇ ਜਾਂਦੇ ਹਾਂ। ਹਾਂਜੀ, ਆ ਜਾਓ। ਥੈਂਕ ਯੂ, ਆਲ ਦ ਬੈਸਟ, ਕੰਗ੍ਰੈਚੁਲੇਸ਼ਨਸ। ਥੈਂਕ ਯੂ, ਤੇ ਮੈਂ ਆਡੀਸ਼ਨਸ ਲਈ ਡਬਲ ਪ੍ਰੈਕਟਿਸ ਕਰ ਰਿਹਾ। ਤੇ ਨਾਲ ਹੀ ਮਿਲਦਾ ਤੁਹਾਨੂੰ ਡਾਬਰ ਰੈੱਡ ਦੇ ਫਰੈਸ਼ ਜੈਲ ਵੱਲੋਂ ਇੱਕ ਗਿਫਟ ਹੈਂਪਰ। ਕੰਗ੍ਰੈਚੁਲੇਸ਼ਨਸ। ਥੈਂਕ ਯੂ ਸਰ, ਥੈਂਕ ਯੂ ਸੋ ਮਚ।